ਹਾਂਜੀ ਗਰੂ ਪਿਆਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖ ਇਤਿਹਾਸ ਨਾਲ ਜੁੜੀਆਂ ਹੋਈਆਂ ਦਿਲਚਸਪ ਰੋਚਕ ਅਤੇ ਜਾਣਕਾਰੀ ਭਰਪੂਰ ਵੀਡੀਓ ਦੇ ਲਈ ਹੁਣੇ ਸਬਸਕ੍ਰਾਈਬ ਕਰੋ ਚੈਨਲ ਜਿੰਦ ਬਡਾਲੀ ਨੋਟੀਫਿਕੇਸ਼ਨ ਵਾਸਤੇ ਬੈਲ ਵਾਲਾ ਬਟਨ ਦਬਣਾ ਨਾ ਭੁੱਲਣਾ ਤਾਂ ਕਿ ਨਵੀਆਂ ਵੀਡੀਓ ਦੇ ਨੋਟੀਫਿਕੇਸ਼ਨ ਤੁਹਾਨੂੰ ਮਿਲਦੇ ਰਹਿਣ ਹਾਂਜੀ ਗਰੂ ਪਿਆਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸਵਾਗਤ ਹੈ ਤੁਹਾਡਾ YouTube ਚੈਨਲ ਅਤੇ Facebook ਪੇਜ ਉਤੇ ਸੋ ਸ਼ੁਰੂ ਕਰਦੇ ਆਪਾਂ ਅੱਜ ਦੀ ਗੱਲਬਾਤ ਸਿੱਖਾਂ ਨੂੰ ਆਖਰ ਭਾਰਤ ਨਾਲ ਹੀ ਕਿਉਂ ਰਹਿਣਾ ਪਿਆ ਇਸ ਵਿਸ਼ੇ ਉੱਤੇ ਆਪਾਂ ਵੀਡੀਓ ਬਣਾ ਰਹੇ ਹਾਂ ਤੇ ਤਿੰਨ ਭਾਗ ਆਪਾਂ ਬਣਾ ਚੁੱਕੇ ਹਾਂ ਅਤੇ ਅੱਜ ਚੌਥਾ ਭਾਗ ਆਪਾਂ ਤੁਹਾਡੇ ਰੂਬਰੂ ਕਰਨ ਲੱਗੇ ਹਾਂ ਜੋ ਕਿ ਆਖਰੀ ਭਾਗ ਹੈ ਸਾਰੀ ਵੀਡੀਓ ਨੂੰ ਸੁਣਨਾ ਤੇ ਇਹਨੂੰ ਅੱਗੇ ਜ਼ਰੂਰ ਸ਼ੇਅਰ ਕਰਨਾ ਸੋ ਤੁਸੀਂ ਸੁਣ ਚੁੱਕੇ ਹੋ ਕਿ ਤੇ ਕਿ ਮਹਾਰਾਜਾ ਫਰੀਦ ਕੋਟ ਨੇ ਇੱਕ ਗੁਪਤੀ ਖੱਤ ਭੇਜਿਆ ਸੀ ਹਾਂਜੀ ਸੋ ਉਸ ਤੋਂ ਬਾਅਦ ਆਪਾਂ ਸ਼ੁਰੂ ਕਰਦੇ ਹਾਂ ਤੇ ਪਿਛਲੀ ਵੀਡੀਓ ਤੁਸੀਂ ਸੁਣ ਲਿਓ ਜਿਨ੍ਹਾਂ ਨੇ ਨਹੀਂ ਸੁਣੀ ਲੜੀ ਜੋੜਨ ਲਈ ਹੈ ਨਾ ਤਾਂ ਕਿ ਤੁਹਾਨੂੰ ਸਮਝ ਲੱਗ ਸਕੇ ਸਾਰੀ ਗੱਲਬਾਤ ਸੋ ਖੈਰ ਸੋ ਇਹ ਭੇਦ ਭਰਿਆ ਖੱਤ ਪਿਝਵਾ ਕੇ ਮਹਾਰਾਜਾ ਫਰੀਦਕੋਟ ਸੀ ਜਿਹੜਾ ਇਹ ਬੇਫਿਕਰ ਹੋ ਗਿਆ ਅਤੇ ਪਾਕਿਸਤਾਨ ਦੀ ਹੱਦ ਦੇ ਐਲਾਨ ਦਾ ਇੰਤਜ਼ਾਰ ਕਰਨ ਲੱਗਾ ਉਧਰ ਇਹ ਚਿੱਠੀ ਪਤਾ ਨਹੀਂ ਕਿਵੇਂ ਹਿੰਦੁਸਤਾਨ ਦੇ ਹੋਮ ਮਿਨਿਸਟਰ ਕੋਲ ਪਹੁੰਚ ਗਈ ਜਿਹੜੀ ਮਹਾਰਾਜਾ ਫਰੀਦਕੋਟ ਨੇ ਭੇਜਾਈ ਸੀ ਇੱਥੇ ਫਰੀਦਕੋਟ ਮੱਥੇ ਤੇ ਹੱਥ ਮਾਰ ਕੇ ਰਹਿ ਗਿਆ ਪਹਿਲਾਂ ਸਾਡੇ ਬਜ਼ੁਰਗ ਪਹਾੜਾ ਸਿੰਘ ਨੂੰ ਲੋਕ ਗਦਾਰ ਆਖਦੇ ਸਨ ਹੁਣ ਕਿਹਨੂੰ ਆਖਣਗੇ ਗਦਾਰੀਆਂ ਤੇ ਚੁਸਤੀਆਂ ਖਾ ਗਈਆਂ ਕੌਮ ਨੂੰ ਵਾ ਕਿਸਮਤ ਦੇ ਆ ਬਲੀਆ ਰਿੱਧੀ ਖੀਰ ਤੇ ਹੋ ਗਿਆ ਦਲਿਆ ਇਹ ਉਹ ਮਹਾਰਾਜਾ ਫਰੀਦਕੋਟ ਉਸ ਸਮੇਂ ਬੋਲਿਆ 15 ਅਗਸਤ 1947 ਆਜ਼ਾਦੀ ਦਾ ਦਿਨ ਮਿਥਿਆ ਜਾ ਚੁੱਕਾ ਸੀ ਐਲਾਨ ਹੋਣ ਤੋਂ ਪਹਿਲਾਂ ਹੀ ਫਿਰਕੂ ਫਸਾਦ ਜੋਰਾ ਤੇ ਛਿੜ ਪਏ ਧਰਮ ਨੂੰ ਪਿਆਰਾ ਜਾਣ ਕੇ ਹਿੰਦੂ ਸਿੱਖਾਂ ਜਾਇਦਾਦਾਂ ਦਾ ਲਾਲਚ ਛੱਡ ਦਿੱਤਾ ਅਤੇ ਹਿੰਦੁਸਤਾਨ ਨੂੰ ਵਹੀਰਾ ਕਤ ਲਈਆਂ ਇਸੇ ਤਰ੍ਹਾਂ ਪੂਰਬੀ ਪੰਜਾਬ ਵਿਚੋਂ ਡਰ ਦੇ ਮਾਰੇ ਮੁਸਲਮਾਨ ਪਾਕਿਸਤਾਨ ਨੂੰ ਅੱਠ ਤੁਰੇ ਰਾਹਾਂ ਦੇ ਵਿੱਚ ਦੋਹੀ ਧਿਰੀ ਕਾਫਲਿਆਂ ਦੇ ਕਾਫਲੇ ਵੱਡੇ ਗਏ ਯੋਜਨਾਵੱਧ ਲੁੱਟਾਂ ਹੋਈਆਂ ਜਨਾਨੀਆਂ ਉਧਾਲੀਆਂ ਗਈਆਂ ਫਿਰ ਕੋ ਜਨੂਨ ਨੇ ਬੱਚਿਆਂ ਬੁੱਢਿਆਂ ਤੇ ਜਨਾਨੀਆਂ ਤੇ ਵੀ ਤਰਸ ਨਹੀਂ ਖਾਧਾ ਭਰੀਆਂ ਦੀਆਂ ਭਰੀਆਂ ਰੇਲ ਗੱਡੀਆਂ ਕਤਲ ਕਰਕੇ ਦਰਿਆਵਾਂ ਦੇ ਵਿੱਚ ్రోੜ ਦਿੱਤੀਆਂ ਗਈਆਂ। ਦਰਿਆ ਪਾਣੀ ਦੀ ਥਾਂ ਲਹੂ ਵਗਾ ਰਹੇ ਸਨ। ਇਸ ਤਰ੍ਹਾਂ ਦੀ ਬੇਤਰਸ ਵਹਿਸ਼ਰ ਤਾਰੀਖ ਨੇ ਕਦੇ ਵੀ ਨਹੀਂ ਵੇਖੀ ਸੀ। ਸੋ ਦੋਹਾਂ ਪਾਸਿਆਂ ਤੋਂ 4 ਲੱਖ ਤੋਂ ਉੱਪਰ ਬੇਦੋਸ਼ੇ ਅਤੇ ਮਾਸੂਮ ਆਜ਼ਾਦੀ ਦੀ ਪੇਟ ਚੜ ਗਏ ਸਨ। ਸੋ ਕਹ ਲਈਏ ਵੀ 30 ਤੋਂ 35 ਹਜ਼ਾਰ ਤੱਕ ਜਨਾਨੀਆਂ ਉਧਾਲੀਆਂ ਅਤੇ ਵੇਚੀਆਂ ਵਟੀਆਂ ਗਈਆਂ। ਮੁਸਲਮਾਨ ਲੀਗ ਅਤੇ ਕਾਂਗਰਸ ਦੇ ਆਗੂਆਂ ਸੋਚਿਆ ਤੱਕ ਨਹੀਂ ਸੀ ਕਿ ਲੱਖਾਂ ਬੇਗੁਨਾਹਾਂ ਜਾਨਾਂ ਦੇ ਖੱਲੂ ਘਾਰੇ ਲੈ ਕੇ ਆਜ਼ਾਦੀ ਆਵੇਗੀ ਦੋਹਾਂ ਪਾਸਿਆਂ ਦੇ ਸਿਆਣੇ ਤੇ شریف ਵਿਅਕਤੀ ਧੀਆ ਭੈਣਾਂ ਦੀ ਨੰਗੀ ਅਸਮਤ ਅਤੇ ਬੇहद ਸ਼ਰਮਸਾਰ ਸਨ ਪਰ ਰਾਜਨੀਤਿਕ ਲੀਡਰਾਂ ਨੂੰ ਰਾਜ ਚਾਹੀਦਾ ਸੀ ਭਾਵੇਂ ਛੋਟੇ ਮੋਟੇ ਫਸਾਧ ਤਾਂ ਜ਼ਰੂਰ ਕਹਿ ਲਈਏ ਵੀ ਕਰਨੇ ਪਏ ਉਹਨਾਂ ਨੂੰ ਹਾਂਜੀ ਸੋ ਪਰ ਇਹਦਾ ਕਿਆਸ ਵੀ ਨਹੀਂ ਕੀਤਾ ਸੀ ਕਿ ਸਾਰਾ ਪੰਜਾਬ ਖੂਨੋ ਖੂਨ ਹੋ ਜਾਵੇਗਾ ਨਹਿਰੂ ਤੇ لیاقت ਅਲੀ ਨੂੰ ਮਜਬੂਰੀ ਨੂੰ ਪੰਜਾਬ ਦੀ ਆਬਾਦੀ ਦੇ ਤਬਾਦਲੇ ਦਾ ਸਮਝੌਤਾ ਕਰਨਾ ਪਿਆ ਹੋਰ ਕੋਈ ਚਾਰਾ ਹੀ ਨਹੀਂ ਸੀ ਦੋਵਾਂ ਪਾਸਿਆਂ ਤੋਂ ਲੋਕ ਕਾਫਲਿਆਂ ਦੇ ਕਾਫਲੇ ਤੁਰਿਆ ਰਹੇ ਸਨ ਪੰਜਾਬ ਹਰ ਪੱਖੋਂ ਬੁਰੀ ਤਰ੍ਹਾਂ ਵੱਢਿਆ ਗਿਆ ਸਿੱਖਾਂ ਦੀਆਂ ਆਬਾਦ ਕੀਤੀਆਂ ਜੰਗਲੀ ਬਾਰਾਂ ਖਾਂ ਧਰਿਆ ਰਹਿ ਗਈਆਂ ਦੇਸ਼ ਦੀਆਂ ਕੌਮੀ ਰਗਾਂ ਵਿੱਚੋਂ ਵਗਦਾ ਲਹੂ ਵੇਖਣ ਲਈ ਨਹਿਰੂ ਆਪ ਪੰਜਾਬ ਆਇਆ ਤਾਂ ਇੱਕ ਸਿੱਖ ਬੀਬੀ ਜਿਹੜੀ ਬੁਰੇ ਹਾਲੀ ਬੇਪੱਤ ਹੋ ਕੇ ਪਾਕਿਸਤਾਨ ਤੋਂ ਅੰਮ੍ਰਿਤਸਰ ਪਹੁੰਚੀ ਸੀ ਉਹਨੇ ਜੱਲਿਆਂ ਵਾਲੇ ਬਾਗ ਅੱਗੇ ਨਹਿਰੂ ਨੂੰ ਗੁਲਾਮੇ ਤੋਂ ਫੜ ਲਿਆ ਅਤੇ ਝੰਜੋੜਿਆ ਉਹ ਕਹਿੰਦੀ ਬਾਹਮਣਾ ਜਦਿਆ ਆਜ਼ਾਦੀ ਦੇ ਆ ਨਹਿਰੂ ਦੇ ਰਾਖੇ ਸਿਪਾਈਆਂ ਕੁੜੀ ਨੂੰ ਮਸਾ ਨਹਿਰੂ ਦੇ ਗੱਲ ਤੋਂ ਤੋੜਿਆ ਪਰ ਉਹ ਹਫੀ ਹੋਈ ਬੋਲੀ ਜਾ ਰਹੀ ਸੀ ਉਹ ਕਹਿੰਦੀ ਕਿ ਜਿਹੜੀ ਮੇਰੇ ਨਾਲ ਹੋਈ ਹੈ ਤੇਰੀ ਧੀ ਨਾਲ ਹੋਈ ਹੁੰਦੀ ਤੈਨੂੰ ਗਰਕਣ ਲਈ ਧਰਤੀ ਨਾ ਲੱਭਦੀ ਤਾਂ ਮੇਰੇ ਤਿੰਨ ਭਰਾ ਮਾਂ ਬਾਪ ਸਭ ਮਾਰੇ ਗਏ ਕਹਿੰਦੀ ਤੂੰ ਉਹਨਾਂ ਦਾ ਕਾਤਲ ਸਭ ਦਾ ਕਾਤਲ ਹੈ ਉਹ ਸਿਪਾਹੀਆਂ ਤੋਂ ਪਰਿਵਾਰੀ ਮੁੜ ਨਹਿਰੂ ਦੇ ਗੱਲ ਨੂੰ ਚਿੰਬੜਨਾ ਚਾਹੁੰਦੀ ਸੀ ਪਰ ਸਿਪਾਹੀ ਉਹਨੂੰ ਰੋਕੀ ਖਲੋਤੇ ਸਨ ਸੋ ਕਹਿੰਦੀ ਕਿ ਤੂੰ ਐ ਪਾਕਿਸਤਾਨ ਬਣਾਉਣ ਵਾਲਾ ਬ੍ਰਾਹਮਣਾ ਲੱਖਾਂ ਲੋਕਾਂ ਦਾ ਖੂਨੀ ਥੂ ਤੇਰੀ ਸਰਕਾਰ ਥੂ ਤੇਰੀ ਆਜ਼ਾਦੀ ਸਿਪਾਹੀ ਰੋਹ ਭਰੀ ਕੁੜੀ ਨੂੰ ਧੱਕੇ ਪਰਾਂ ਲੈ ਗਏ ਨਹਿਰੂ ਦੇ ਮੂੰਹ ਤੋਂ ਮੱਖੀ ਨਹੀਂ ਉੱਡ ਰਹੀ ਸੀ ਉਹਨੇ ਸੋਚਿਆ ਹੀ ਨਹੀਂ ਸੀ ਕਿ ਪਾਕਿਸਤਾਨ ਦੇ ਨਤੀਜੇ ਭੁਗਤ ਚੁੱਕੀ ਕੁੜੀ ਪਟਾਕ ਪਟਾਕ ਸੱਚ ਉਹਦੇ ਮੂੰਹ ਤੇ ਮਾਰੇਗੀ ਉਹ ਝੱਟ ਹੀ ਕਾਰ ਦੇ ਵਿੱਚ ਬਹਿ ਕੇ ਖਿਸਕ ਗਿਆ ਤਾਂ ਹਾਂ ਮਾਰਦੀ ਕਹਿ ਲੀਏ ਵੀ ਉਹ ਕੁੜੀ ਦੇ ਮੋਢੇ ਤੇ ਜਿਹੜਾ ਰਣਜੋੜ ਸਿੰਘ ਕਲਰਕ ਸੀ ਉਹਨੇ ਹੱਥ ਆ ਰੱਖਿਆ ਉਹ ਨੈਰੂ ਦਾ ਲੈਕਚਰ ਸੁਣਨ ਆਇਆ ਹੋਰ ਹੀ ਦੁਖਾਂਤ ਵੇਖਣ ਲੱਗ ਪਿਆ ਸੀ ਉਹ ਕਹਿੰਦਾ ਭੈਣ ਮੇਰੀ ਇਹ ਰੋਲ ਹੈ ਰੱਜ ਕੇ ਰੋਲ ਹੈ ਇਹ ਸਾਰੇ ਦੋਸ਼ੀ ਨੇ ਕਾਤਲ ਨੇ ਉਹ ਕਹਿੰਦੀ ਵੇ ਭਾਊ ਐਂ ਤੇਰੇ ਵਰਗੇ ਮੇਰੇ ਤਿੰਨ ਭਰਾ ਮਰੇ ਗਏ ਮਾਂ ਪਿਓ ਸਾਰੇ ਸੋ ਬੋਡੀ ਵੇ ਅੱਬਾ ਮੈਂ ਕਿੱਧਰ ਨੂੰ ਜਾਵਾਂਗੀ ਇਹਨਾਂ ਲੀਡਰਾਂ ਸਾਨੂੰ ਅਤੇ ਪੰਜਾਬ ਨੂੰ ચીਰ ਕੇ ਰੱਖ ਦਿੱਤਾ ਹੈ ਜਾਲਮਾਂ ਨੂੰ ਕਿਸੇ ਨਾਲ ਹਮਦਰਦੀ ਨਹੀਂ ਸਾਡੀਆਂ ਧੀਆਂ ਭੈਣਾਂ ਨੂੰ ਇਹਨਾਂ ਬੇਗਾਨੀਆਂ ਵੀ ਨਹੀਂ ਸਮਝਿਆ ਸਾਨੂੰ ਮਰਵਾਉਣ ਤੇ ਬੇਪੱਤ ਕਰਾਉਣ ਵਾਲੇ ਨਹਿਰੂ ਤੇ ਪਟੇਲ ਨੇ ਸੱਚ ਰਣਜੋਧ ਦੇ ਮੂੰਹੋਂ ਮੱਲੂ ਮਲੀ ਨਿਕਲ ਗਿਆ ਕੁੜੀ ਪੁੱਭਾ ਮਾਰ ਕੇ ਰਣਜੋਧ ਦੇ ਗਲ ਨੂੰ ਚੁੰਬੜ ਗਈ ਉਹਦੇ ਅੰਦਰਲੇ ਜ਼ਖਮਾ ਸਾਰੀਆਂ ਦਰਦ ਪੀੜਾਂ ਡੋਲ ਛੱਡੀਆਂ ਤੇ ਬਰਾਬਰ ਰੋਂਦਾ ਰਣਜੋਧ ਉਹਦੀ ਪਿੱਠ ਥਾਪੜ ਰਿਆ ਸੀ ਵੇਖਣ ਵਾਲਿਆਂ ਦੀਆਂ ਅੱਖਾਂ ਨੱਕੋ-ਨੱਕ ਭਰੀਆਂ ਹੋਈਆਂ ਸਨ ਭਰਾ ਭੈਣ ਨੂੰ ਹੌਲੀ-ਹੌਲੀ ਤੋੜਦਾ ਰੋਮਣੀ ਕਮੇਟੀ ਦੇ ਦਫਤਰ ਤੱਕ ਲੈ ਗਿਆ ਸੋ ਇਦਾਂ ਤਬਾਦਲੇ ਹੋਏ ਦੇਸ਼ ਦੇ ਐਨਾ ਖੂਨ ਖਰਾਬਾ ਹੋ ਕੇ ਆਜ਼ਾਦੀ ਲਈ ਹੈ ਮਤਲਬ ਕਿ ਪੰਜਾਬ ਦੀ ਵੰਡ ਹੋਈ ਹੈ ਦੋ ਭਰਾਵਾਂ ਦੀ ਵੰਡ ਹੋਈ ਹੈ ਸੋ ਇਦਾਂ ਸਾਨੂੰ ਆਜ਼ਾਦੀ ਮਿਲੀ ਤੇ ਇਸ ਕਰਕੇ ਸਾਨੂੰ ਇੱਧਰ ਆਉਣਾ ਪਿਆ ਤੁਸੀਂ ਪਿਛਲੀਆਂ ਵੀਡੀਓ ਸੁਣ ਚੁੱਕੇ ਹੋ ਲੇਕਿਨ ਸਭ ਤੋਂ ਜ਼ਿਆਦਾ ਨੁਕਸਾਨ ਸੀ ਜਿਹੜਾ ਇਹ ਸਾਰੀਆਂ ਕੌਮਾਂ ਨੇ ਉਠਾਇਆ ਖਾਸ ਕਰਕੇ ਪੰਜਾਬੀਆਂ ਨੇ ਪੰਜਾਬ ਦੇ ਸਿੱਖ ਹਿੰਦੂ ਮੁਸਲਮਾਨ ਤਿੰਨਾਂ ਦਾ ਰੱਜ ਕੇ ਕਾਣ ਹੋਇਆ ਦੁਨੀਆ ਦੇ ਵਿੱਚ ਮੈਂ ਸਮਝਦਾ ਕਿ ਇਹ ਜਿਹੜੀ ਇਹ ਤਬਾਦਲਾ ਹੋਇਆ ਹੈ ਇਹ ਸਭ ਤੋਂ ਵੱਡਾ ਤਬਾਦਲਾ ਹੋਇਆ ਆਬਾਦੀ ਦਾ 1947 ਦੇ ਵਿੱਚ ਸੋ ਇਹ ਸਿਆਸਤ ਦੀ ਭੇਡ ਚੜੇ ਹਨ ਨਹਿਥੇ ਲੋਕ ਬੇਦੋਸ਼ੇ ਲੋਕ ਧੀਆਂ ਭੈਣਾਂ ਦੀ ਬੇਤੀ ਹੋਈ ਹੈ ਦੋਨਾਂ ਪਾਸੇੋਂ ਸੋ ਖੈਰ ਇਹ ਸੀ ਅੱਜ ਦੀ ਵੀਡੀਓ ਅਤੇ ਅੱਜ ਆਪਾਂ ਇਹ ਜਿਹੜਾ ਸੀਰੀਜ਼ ਸੀ ਸਮਾਪਤ ਕਰਦੇ ਹਾਂ ਤੇ ਅਗਲੀ ਵੀਡੀਓ ਦੇ ਵਿੱਚ ਹੁਣ ਅੱਗੇ ਦਾ ਹਾਲ ਹੈ ਜਿਹੜਾ ਹੋਰ ਵੀ ਨਵੀਆਂ ਜਾਣਕਾਰੀਆਂ ਲੈ ਕੇ ਆਪਾਂ ਤੁਹਾਡੇ ਰੂਬਰੂ ਹੋਵਾਂਗੇ ਸੋ ਵੀਡੀਓ ਨੂੰ ਸਾਰੀ ਨੂੰ ਸੁਣਿਆ ਕਰੋ ਕਿਉਂਕਿ ਆਪਣਾ ਇਤਿਹਾਸ ਹੈ ਯਾਰੇ ਜੇ ਆਪਾਂ ਨੂੰ ਇਹ ਹੀ ਨਹੀਂ ਪਤਾ ਹੋਇਆ ਤਾਂ ਮੈਂ ਸਮਝਦਾ ਕਿ ਆਪਾਂ ਤਾਂ ਫੇਰ ਜ਼ੀਰੋ ਆ ਹਰ ਕੋਈ ਹਰ ਇੱਕ ਕੌਮ ਦਾ ਬੰਦਾ ਇਤਿਹਾਸ ਪੜਦਾ ਹਾਂਜੀ Hindu ਹੈ Musalman ਹੈ Yahudi ਹੈ Isai ਹੈ ਸਾਰੇ ਉਹਨਾਂ ਨੂੰ ਸਭ ਪਤਾ ਆਪਣੇ ਇਤਿਹਾਸ ਦਾ ਤਾਂ ਹੀ ਤਾਂ ਆਪਣੇ ਦੇਸ਼ ਮੰਲੀ ਬੈਠੇ ਆ ਤੇ ਅਸੀਂ ਆਪਣਾ ਇਤਿਹਾਸਾਨੂੰ ਨਾ ਗਰਵਾਣੀ ਦਾ ਪਤਾ ਨਾ ਆਪਣੇ ਯੋਧਿਆਂ ਦਾ ਪਤਾ ਨਾ ਆਪਣੇ ਸੂਰਬੀਰਾਂ ਦਾ ਪਤਾ ਸੋ ਇਹ ਬਹੁਤ ਦੁੱਖ ਦੀ ਤੇ ਬੜੀ ਸ਼ਰਮ ਦੀ ਗੱਲ ਹੈ ਸਾਡੇ ਲਈ ਜੇ ਅਸੀਂ YouTube ਤੇ Social Media ਤੇ ਹੋਰ ਗੰਦਮੰਦ ਦੇਖਦੇ ਆਂ ਹੋਰ ਕਹਿ ਲਈਏ ਵੀ ਵੀਡੀਓਜ਼ ਦੇਖਦੇ ਆਂ ਲੇਕਿਨ ਆਪਾਂ ਕੀ ਗਰਵਾਣੀ ਅਤੇ ਇਤਿਹਾਸ ਲਈ 10 ਮਿੰਟ ਵੀ ਨਹੀਂ ਕੱਢ ਸਕਦੇ ਫਿਰ ਆਪਾਂ ਦੋਸ਼ ਕਿਨੂੰ ਦੰਨੇ ਆਂ ਜੇ ਆਪਾਂ ਇਹ ਨਹੀਂ ਸੁਣਦੇ ਜਾਂ ਕਹਿ ਲਈਏ ਜੇ ਆਪਾਂ ਇਹਨਾਂ ਬਾਰੇ ਨਹੀਂ ਜਾਣਨਾ ਚਾਹੁੰਦੇ ਫਿਰ ਦੋਸ਼ ਨਾ ਦੋ ਕਿਸੇ ਨੂੰ ਕਿ ਹਾਇ ਸਾਨੂੰ ਫਲਾਣੇ ਨੇ ਮਾਰਤਾ ਹਾਇ ਸਾਨੂੰ ਆਰਐਸਐਸ ਨੇ ਮਾਰਤਾ ਹਾਇ ਸਾਨੂੰ ਬ੍ਰਾਹਮਣਵਾਦ ਨੇ ਖਾ ਲਿਆ ਤੋਸ਼ ਆਪਣਾ ਕਿਉਂਕਿ ਜਦੋਂ ਸਾਨੂੰ ਸਿਧਾਂਤ ਦਾ ਹੀ ਨਹੀਂ ਪਤਾ ਫਿਰ ਤੋਰਾਂਗੇ ਕਿਵੇਂ ਸਿਧਾਂਤ ਉੱਤੇ ਹਾਂਜੀ ਸੋ ਖੈਰ ਆ ਚੜ੍ਹਦੀ ਕਲਾ ਰੱਖੇ ਮਹਾਰਾਜ ਤੁਹਾਨੂੰ ਬਾਣੀ ਤੇ ਬਾਣੇ ਨਾਲ ਜੋੜੇ ਤੇ ਇਤਿਹਾਸ ਨਾਲ ਜੋੜੇ ਤੇ ਮਿਲਦੇ ਹਾਂ ਹੁਣ ਅਗਲੀ ਵੀਡੀਓ 'ਚ ਨਵੀਂ ਜਾਣਕਾਰੀ ਨਾਲ ਔਰੋ ਤੱਕ ਦੇਓ ਆ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ